संगे सहाय दसवां पातशाह श्री गुरु गोविंद सिंह साहिब की सत्संग साहिब दसवां पातशाह जो श्री गुरु ग्रंथ साहिब के पाठ ਨੀ ਦਾਤਾ ਤੇ ਅੰਦਰ ਗਏ ਬੋਲੋ ਜੀ ਵਾਹਿਗੁਰੂ ਮਾਤ ਕਰਨਾ ਜਗਾ ਤੋਂ ਸਵਰ ਕੁਸ਼ੀ ਪਿਛੋਈ ਬਾਣੀ ਦਾ ਭਾਵ ਆਈਆ ਸੰਤਾਂ ਦੇ ਹਿਰਦੇ ਸੁਣਾ ਕਦਮ ਕਦਮ ਚੜਿਆ ਲਿਖੇ ਲਾਉਣਾ ਤੇ ਕੁਲ ਘਟਾਵਾ ਪ੍ਰਵਾਨ ਕਰਨੀਆਂ ਸਤਗੁਰੂ ਯਾਦ ਕਰਦੇ ਕੀਰਤਵਾਨ ਭਾਈ ਹਰਦੀਪ ਸਿੰਘ ਦੇ ਦਰਬਾਰ ਵੱਲੋਂ ਸਤਗੁਰੂ ਜੀ ਕਾਕਾ ਗੁਰ ਸਾਹਿਬ ਸਿੰਘ ਦੇ ਸਤਗੁਰੂ ਜੀ ਜਨ ਦੇ ਇਸ਼ਾਨ ਮੁਖ ਰੱਖਦੇ ਸਤਗੁਰੂ ਜੀ ਆਪਦੇ ਹਜ਼ੂਰ ਆਪਣੇ ਦੇ ਪਾਵਨ ਪਿੱਤਰ ਚੰਦ ਪ੍ਰਸਿਆਨ ਸਤਗੁਰੂ ਜੀ ਆਪਦੇ ਹਜ਼ੂਰ ਕੜਾ ਪ੍ਰਸਾਦ ਦੇ ਅਧਿਕਾਰ ਦੇ ਸਮੋਸਿਆਂ ਦੇ ਲੰਗਰ ਹਾਜ਼ਰ ਕੀਤਾ ਜੀ ਆਪ ਜੀ ਨੂੰ ਪ੍ਰਵਾਨ ਹੋਇਆ ਪ੍ਰਵਾਨ ਹੋਇਆ ਪ੍ਰਸਾਦ ਆਪ ਸੰਗਤ ਜੁਟੇ ਜੋ ਸਕੇ ਆਪ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਤਿਗੁਰੂ ਦੀ ਸੇਵਕਾਂ ਦੀ ਸੇਵਾ ਤੈ ਪਾਉਣੀ ਜੀ ਜਿਹਨਾਂ ਭਾਵਨਾ ਮੁੱਖ ਰੱਖ ਕੇ ਸਤਿਗੁਰੂ ਦੀ ਸੇਵਾ ਕੀਤੀ ਹੈ ਸੋ ਸੋ ਭਾਵਨਾਵਾਂ ਬਦਲ ਅਨੁਸਾਰ ਸੰਬੋਧ ਕਰਨੀ ਸਤਿਗੁਰੂ ਜੀ ਪਰਿਵਾਰ ਉੱਤੇ ਮਿਹਰ ਪ੍ਰਾਪਤ ਰੱਖਣਾ ਚੜ੍ਹਦੀਆਂ ਪਲੱਖਣਾ ਦੇ ਲੋਕਾਂ ਨਾਲ ਰੱਖਣੇ ਕਾਰੋਬਾਰ ਚ ਵਾਧੇ ਕਰਨੀ ਬੱਚਿਆਂ ਦੇ ਮਿਹਰ ਪ੍ਰਾਪਤ ਰੱਖਣਾ ਬਾਣੀ ਦੇ ਵਾਣ ਨਾਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਦੇ ਮਹਾਂਵਾਕਿਆ ਅਨੁਸਾਰ ਸਾਰਾ ਮਾਹ ਸਾਰਾ ਮਹੀਨਾ ਇਸਤਰੀ ਸਤਸੰਗ ਵਾਲਿਆਂ ਨੇ ਪੂਰਾ ਮਹੀਨਾ ਹੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਜਾਪ ਹੋਰ ਕੀਰਤਨ ਦਾ ਜਾਪ ਇਹ ਸਾਰੇ ਕੀਤੇ ਹਨ ਅਤੇ ਸਾਰੇ ਇਸਤਰੀ ਸੰਗ ਨੇ ਮਿਲ ਕੇ ਪੂਰਾ ਮਹੀਨਾ ਇਹ ਜਾਪ ਕੀਤੇ ਹਨ ਸੋ ਦਾਤਾ ਇਹ ਸਾਰੀਆਂ ਸੰਗਤਾਂ ਨੂੰ ਬਸ ਆਪਣੇ ਚਰਨਾਂ ਨੇ ਇਸੀ ਤਰ੍ਹਾਂ ਜੋੜੀ ਰੱਖੇ ਅਤੇ ਕਰਦੇ ਰਹਿਣ ਸਾਰਾ ਮਹੀਨਾ ਭਰ ਸਾਰੀਆਂ ਸੰਗਤਾਂ ਨੇ ਸੇਵਾ ਨਾਲ ਸਿਮਰਨ ਨਾਲ ਲੰਗਰਾਂ ਦੇ ਨਾਲ ਹਰ ਤਰ੍ਹਾਂ ਦੀ ਸੇਵਾ ਕੀਤੀ ਹੈ ਇੱਥੇ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼।